ਪਿੰਡ ਵੈਰੋਕੇ ਵਿਖੇ ਬਾਬਾ ਦਰਬਾਰੀ ਦਾਸ ਜੀ ਦੀ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ ਬਾਬਾ ਦਰਬਾਰੀ ਦਾਸ ਕਲੱਬ ਮੈਡੀਕਲ ਪ੍ਰੈਕਟੀਸ਼ਨਰ ਡਾਕਟਰ ਕੇਵਲ ਖੋਟੇ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ, ਜਿਸ ਵਿੱਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਖੂਨਦਾਨ ਕੀਤਾ। ਇਸ ਮੌਕੇ ਖੂਨਦਾਨ ਕੈਂਪ ਲਾਉਣ ਵਾਲੇ ਪ੍ਰਬੰਧਕਾਂ ਨੇ ਦੱਸਿਆ ਕਿ ਮਨਤਾਰੀ ਸੇਵਾ ਲਈ ਖੂਨਦਾਨ ਕਰਨਾ ਬਹੁਤ ਵੱਡੀ ਗੱਲ ਹੈ। ਉਹਨਾਂ ਨੇ ਬਾਬਾ ਦਰਬਾਰੀ ਦਾਸ ਦੇ ਪਾਏ ਪੂਰਨ ਚੱਲਣ ਦਾ ਅਹਿਦ ਕੀਤਾ ਅਤੇ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿ ਕੇ ਆਉਣ ਵਾਲੇ ਸਮੇਂ ਵਿੱਚ ਵੱਧ ਚੜ੍ਹ ਕੇ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ। ਖਬਰ ਲਿਖੇ ਜਾਣ ਤੱਕ ਕੈਂਪ ਵਿੱਚ 100 ਜੂੰਡ ਦਾਨ ਹੋ ਚੁੱਕਾ ਸੀ। ਇਸ ਸਮੇਂ ਡਾਕਟਰ ਮਕੰਦ ਸਿੰਘ, ਡਾਕਟਰ ਕੁਲਦੀਪ ਸਿੰਘ, ਡਾਕਟਰ ਸੋਨੂ ਸ਼ਰਮਾ, ਡਾਕਟਰ ਕ੍ਰਿਸ਼ਨ ਕੁਮਾਰ, ਪੂਜਾ ਰਾਣੀ, ਡਾਕਟਰ ਬਲਵਿੰਦਰ ਸਿੰਘ, ਜਗਰੂਪ ਸਿੰਘ, ਜੱਗਾ ਬਰਾੜ ਮੈਂਬਰ, ਡੈਂਪੀ ਸ਼ਰਮਾ, ਬਲਦੀਪ ਬਰਾੜ, ਧੀਰਾ ਬਰਾੜ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਸਮਾਲਸਰ ਤੋਂ ਜਗਤਾਰ ਵੈਰੋਕੇ ਦੀ ਰਿਪੋਰਟ। ਜੀ ਨਾਂ ਕੀ ਤੁਹਾਡਾ? ਜਗਰੂਪ ਸਿੰਘ ਹੈ ਜੀ। ਅੱਜ ਤੁਸੀਂ ਖੂਨਦਾਨ ਕੈਂਪ ਲਾਇਆ ਵੈਰੋਕੇ ਪਿੰਡ ਦੇ ਵਿੱਚ, ਕਿਹੋ ਜਿਹਾ ਰਿਸਪੋਂਸ ਮਿਲਿਆ ਤੁਹਾਨੂੰ ਨੌਜਵਾਨਾਂ? ਬਹੁਤ ਵਧੀਆ ਮਿਲਿਆ ਜੀ, ਸਾਰੇ ਯੂਥ ਵੱਲੋਂ, ਆਂਢ ਗੁਆਂਢ ਦੇ ਪਿੰਡਾਂ ਵੱਲੋਂ, ਯਾਰਾਂ ਦੋਸਤਾਂ ਵੱਲੋਂ ਬਹੁਤ ਵਧੀਆ ਰਿਸਪੋਂਸ ਮਿਲਿਆ ਜੀ। ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਸਾਰੇ ਯੂਥ ਨੇ ਉਪਰਾਲਾ ਕੀਤਾ, ਖੂਨਦਾਨ ਕੈਂਪ ਲਾਇਆ, ਅਤੇ ਅਸੀਂ ਇਹ ਅਪੀਲ ਕਰਦੇ ਸਾਰਿਆਂ ਨੂੰ, ਆਂਢ ਗੁਆਂਢ ਦੇ ਨਗਰ ਨਿਵਾਸੀਆਂ ਨੂੰ ਵੀ, ਮਤਲਬ ਕਿ ਖੂਨਦਾਨ ਕੈਂਪ ਲਾਉਣਾ ਚਾਹੀਦਾ, ਬਹੁਤ ਵਧੀਆ ਉਪਰਾਲਾ ਜੀ, ਨਸ਼ੇ ਪੱਤਿਆਂ ਤੋਂ ਬਚਣਾ ਚਾਹੀਦਾ ਜੀ। ਬੇਨਤੀ ਹੈ ਕਿ ਸਾਡੇ ਕੱਲ੍ਹ ਨੂੰ ਬਾਬਾ ਦਰਬਾਰੀ ਦਾਸ ਦੀ ਬਰਸੀ ਹੈ ਅਤੇ ਇੱਥੇ ਵੱਧ ਤੋਂ ਵੱਧ ਸੰਗਤਾਂ ਪਹੁੰਚਣ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬਾਬਾ ਭਾਈ ਦਰਬਾਰੀ ਦਾਸ ਜੀ ਦੇ ਪਿੰਡ ਵੈਰੋਕੇ ਵਿਖੇ ਪਹੁੰਚੇ ਹਾਂ। ਇੱਥੇ ਇਹਨਾਂ ਦੇ ਪਿੰਡ ਦੇ ਨੌਜਵਾਨਾਂ ਨੇ ਉੱਦਮ ਕਰਕੇ ਬਾਬਾ ਜੀ ਦੇ ਮਤਲਬ ਬਰਸੀ ਦੇ ਨਿਮਿੱਤ ਹੀ ਖੂਨਦਾਨ ਕੈਂਪ ਲਾਇਆ। ਅਸੀਂ ਆਪਣੇ ਵੱਲੋਂ MPAP ਐਸੋਸੀਏਸ਼ਨ 295 ਵੱਲੋਂ ਅਸੀਂ ਵੀ ਇਹਨਾਂ ਦੇ ਨੌਜਵਾਨਾਂ ਨਾਲ ਮੋਢੇ ਨਾਲ ਮੋਢੇ ਜੋੜ ਕੇ ਡੋਨਰ ਵੀ ਲੈ ਕੇ ਪਿੰਡਾਂ ਦੇ ਵਿੱਚ ਪ੍ਰੇਰਿਤ ਕੀਤਾ। ਸਾਨੂੰ ਇੱਥੇ ਆ ਕੇ ਅਥਾਹ ਖੁਸ਼ੀ ਹੋਈ ਕਿ ਨੌਜਵਾਨਾਂ ਨੇ ਮਤਲਬ ਸਾਡੀ ਆਸ ਤੋਂ ਵੱਧ ਕੇ, ਉਮੀਦ ਤੋਂ ਵੱਧ ਕੇ ਵੱਧ ਖਰੇ ਉਤਰੇ। ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜੇ ਖੂਨਦਾਨ ਕਰਨਾ ਹੈ ਤਾਂ ਆਪਾਂ ਨਸ਼ੇ ਤੋਂ ਰਹਿਤ ਵੀ ਹੋਣਾ ਚਾਹੀਦਾ। ਇਸ ਦੇ ਨਾਲ ਹੋਰ ਵੀ ਜਿਵੇਂ ਇਹਨਾਂ ਨੇ ਸਾਨੂੰ ਸਰਟੀਫਿਕੇਟ ਵੀ ਦਿੱਤੇ ਨੇ, ਸਰਟੀਫਿਕੇਟ ਨੂੰ ਦੇਖ ਕੇ ਹਰ ਕਦੇ ਜਾਂ ਕੋਈ ਮੈਡਲ ਦੇ ਦਿੰਦਾ, ਕੋਈ ਸ਼ੀਲਡ ਦਿੰਦਾ, ਉਸ ਦੇ ਨਾਲ ਛੋਟੇ ਬੱਚੇ ਆਉਣ ਵਾਲੀ ਪਨੀਰੀ ਨੂੰ ਆਪਾਂ ਨੂੰ ਇਹ ਸੁਨੇਹਾ ਮਿਲੇਗਾ ਕਿ ਵੀ ਅਸੀਂ ਵੀ ਨਸ਼ਾ ਰਹਿਤ ਦੇ ਕੇ ਦੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕੀਏ। ਇੱਥੇ ਹੁਣ ਤੱਕ 70 ਜੂੰਟ ਹੋ ਚੁੱਕਿਆ ਅਤੇ ਮੇਰੇ ਆਸ ਤੋਂ ਉਮੀਦ ਹੈ ਵੀ 100 ਦੇ ਜੂੰਟ ਪਹੁੰਚੇਗਾ, ਕਿਉਂਕਿ ਅਜੇ ਕਲੱਬ ਦੇ ਨੌਜਵਾਨਾਂ ਨੇ ਸਾਰਿਆਂ ਨੇ ਬਲੱਡ ਡੋਨੇਟ ਕਰਨਾ ਵਾ।